ਜਿਨ੍ਹਾਂ ਦਾ ਇੱਕ ਕੋਈ ਕਿਸੇ ਨੇ ਮੋਬਾਈਲ ਜਿਹੜਾ ਸਨੈਚ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਇੱਥੇ ਇਹ ਰਿਪੋਰਟ ਹੋਇਆ ਅਤੇ ਅਸੀਂ ਉਹਦੇ ਵਿੱਚ ਕੇਸ ਰਜਿਸਟਰ ਕਰਨ ਤੋਂ ਬਾਅਦ ਅੱਜ ਜਿਹੜਾ ਇਹਦਾ ਮੋਬਾਈਲ ਹੈ ਅਸੀਂ ਰਿਕਵਰ ਕਰ ਲਿਆ ਦੋ ਆਦਮੀ ਜਿਹੜੇ ਸਨੈਚਰ ਸੀ ਉਹਨਾਂ ਨੂੰ ਫੜ ਲਿਆ ਹੀ ਸੋ ਹੈਪੀ ਐਂਡ ਥੈਂਕਫੁਲ ਕਿ ਅਸੀਂ ਇਹਦਾ ਮੋਬਾਈਲ ਇੱਡੀ ਛੇਤੀ ਰਿਕਵਰ ਕਰ ਲਿਆ ਲੁਧਿਆਣਾ ਪੁਲਿਸ ਨੇ ਆਖਿਰਕਾਰ ਅੰਗਰੇਜ਼ ਨੌਜਵਾਨ ਨੂੰ ਲੁੱਟਣ ਵਾਲੇ ਚੋਰਾਂ ਨੂੰ ਦਬੋਚ ਹੀ ਲਿਆਏ। ਪੁਲਿਸ ਨੇ ਚੋਰਾਂ ਦੇ ਕੋਲੋਂ ਚੋਰੀ ਕੀਤਾ ਸਮਾਨ ਗੋਰੀ ਨੌਜਵਾਨ ਨੂੰ ਵਾਪਸ ਕਰ ਦਿੱਤਾ ਹੈ, ਜਿਸ ਕਾਰਨ ਨੌਜਵਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ। ਲੁਧਿਆਣਾ ਪੁਲਿਸ ਦੀ ਤੇਜ਼ੀ ਦੇ ਨਾਲ ਕਾਰਵਾਈ ਦਾ ਗੋਰੇ ਨੇ ਆਪਣੀ ਭਾਸ਼ਾ ਦੇ ਵਿੱਚ ਧੰਨਵਾਦ ਕੀਤਾ ਅਤੇ ਬਹੁਤ ਹੀ ਖੁਸ਼ ਵੀ ਵਿਖਾਈ ਦੇ ਰਿਹਾ ਸੀ। I'm so happy and so grateful to the Ludhiana police, and I'm actually quite happy that I lost my phone here in Ludhiana because it gave me the chance to meet a lot of great people and also see the great police work. Thank you so much, Ludhiana. ਇਸ ਮੌਕੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਵੀ ਦੱਸਿਆ ਕਿ ਉਹਨਾਂ ਦੇ ਵੱਲੋਂ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਵੱਲੋਂ ਗੋਰੇ ਦਾ ਮੋਬਾਈਲ ਖੋਇਆ ਗਿਆ ਸੀ ਅਤੇ ਉਸਦਾ ਸਮਾਨ ਵੀ ਚੋਰੀ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਅੱਜ ਉਹਨਾਂ ਦੇ ਵੱਲੋਂ ਸਾਰਾ ਸਮਾਨ ਗੋਰੇ ਨੌਜਵਾਨ ਨੂੰ ਵਾਪਸ ਦਿੱਤਾ ਗਿਆ ਹੈ। 14 ਦਸੰਬਰ ਨੂੰ ਇੱਕ ਸਾਈਕਲਿਸਟ ਜੋ ਪਾਕਿਸਤਾਨ ਦੀ ਸਾਈਡ ਤੋਂ ਵਾਇਆ ਅੰਮ੍ਰਿਤਸਰ ਇਹ ਲੁਧਿਆਣਾ ਵਿੱਚ ਦੀ ਹੋ ਕੇ ਜਿਹੜਾ ਅੱਗੇ ਕਲਕੱਤਾ ਜਾਣਾ ਸੀ, 14 ਦਸੰਬਰ ਨੂੰ ਇੱਕ ਜਿਹੜੀ ਦੁੱਖ ਭਰੀ ਗੱਲ ਹੋਈ ਸੀ ਕਿ ਇਹਨਾਂ ਦਾ ਇੱਕ ਕੋਈ ਕਿਸੇ ਨੇ ਮੋਬਾਈਲ ਜਿਹੜਾ ਸਨੈਚ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਇੱਥੇ ਇਹ ਰਿਪੋਰਟ ਹੋਇਆ ਅਤੇ ਅਸੀਂ ਉਹਦੇ ਵਿੱਚ ਕੇਸ ਰਜਿਸਟਰ ਕਰਨ ਤੋਂ ਬਾਅਦ ਅੱਜ ਜਿਹੜਾ ਇਹਦਾ ਮੋਬਾਈਲ ਹੈ ਅਸੀਂ ਰਿਕਵਰ ਕਰ ਲਿਆ ਦੋ ਆਦਮੀ ਜਿਹੜੇ ਸਨੈਚਰ ਸੀ ਉਹਨਾਂ ਨੂੰ ਫੜ ਲਿਆ। ਇੱਥੇ ਸਪੈਸ਼ਲੀ ਜਿਹੜੀ ਗੱਲ ਮੈਨਸ਼ਨ ਕਰਨਾ ਚਾਹੂੰਗਾ ਹੀ ਸੋ ਹੈਪੀ ਐਂਡ ਥੈਂਕਫੁਲ ਕਿ ਅਸੀਂ ਇਹਦਾ ਮੋਬਾਈਲ ਇੱਡੀ ਛੇਤੀ ਰਿਕਵਰ ਕਰ ਲਿਆ। ਇੱਥੇ ਮੈਂ ਜਿਹੜੀ ਦੋ ਜਾਣਿਆਂ ਨੇ ਇੱਥੇ ਸਪੈਸ਼ਲੀ ਜਿਹੜੀ ਐਸਪਿਨ ਜੋ ਜਿਹੜਾ ਨਾਰਵੇ ਤੋਂ ਹੈ ਉਹਦਾ ਮੋਬਾਈਲ ਗੁੰਮ 'ਤੇ ਜਿਹਦੀ ਹੈਲਪ ਕੀਤੀ ਹੈ ਉਹ ਹੈਗਾ ਮਧੂ ਪਾਂਡੇ ਜਿਹੜੇ ਹੈ ਜਿਨ੍ਹਾਂ ਨੇ ਬੇਸਿਕ ਸ਼ੁਰੂ ਦੇ ਵਿੱਚ ਇਹਨਾਂ ਦੀ ਹੈਲਪ ਕੀਤੀ ਅਤੇ ਸੈਕਿੰਡ ਸੰਦੀਪ ਮਡੋਰ ਜਿਹੜੇ ਆਪ ਸਾਈਕਲਿਸਟ ਹੈ ਇੰਸ਼ੋਰੈਂਸ ਦਾ ਕੰਮ ਕਰਦੇ ਆ ਉਹਨਾਂ ਨੇ ਹੈਲਪ ਕਰਨ ਦੇ ਨਾਲ ਇੱਕ ਟੈਂਪਰੇਰੀ ਤੌਰ 'ਤੇ ਮੋਬਾਈਲ ਲੈ ਕੇ ਦਿੱਤਾ। ਅਸੀਂ ਜਿੱਥੇ ਮੋਬਾਈਲ ਰਿਕਵਰ ਵੀ ਕਰ ਲਿਆ ਉੱਥੇ ਇਹਨਾਂ ਦੋਨੇ ਆਦਮੀਆਂ ਨੇ ਜਿਨ੍ਹਾਂ ਨੇ ਇੱਕ ਫੋਰਨਰ ਦੀ ਜਿਹੜਾ ਕਿ ਸਾਡਾ ਗੈਸਟ ਹੈ ਅਤੇ ਜਿਹੜਾ ਕਿ ਸਾਡਾ ਜਾ ਰਿਹਾ ਉਹਦੀ ਹੈਲਪ ਕੀਤੀ ਹੈ। ਇਹਨਾਂ ਨੂੰ ਮੈਂ ਐਜ਼ ਏ ਸਰਟੀਫਿਕੇਟ ਦੇ ਕੇ ਇਹਨਾਂ ਨੂੰ ਦੋਨੇ ਜਿਹੜੇ ਮਧੂ ਪਾਂਡੇ ਐਂਡ ਸੰਦੀਪ ਮਡੋਰ ਨੂੰ ਜਿਹੜੇ ਸਰਟੀਫਿਕੇਟ ਦਊਂਗਾ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਕਿਸੇ ਦੀ ਮੁਸ਼ਕਲ ਦੇ ਵਿੱਚ ਆਏ ਬੰਦੇ ਦੀ ਜਿਹੜੀ ਮਦਦ ਕੀਤੀ ਹੈ ਅਤੇ ਉਹਦੇ ਲਈ ਇਹਨਾਂ ਨੂੰ ਅਸੀਂ ਸਨਮਾਨ ਵੀ ਕਰਾਂਗੇ। ਦੱਸ ਦੇ ਕਿ ਕੁਝ ਦਿਨ ਪਹਿਲਾਂ ਨਾਰਵੇ ਦਾ ਇੱਕ ਗੋਰਾ ਨੌਜਵਾਨ ਲੁਧਿਆਣਾ ਪੁੱਜਾ ਸੀ। ਇਸ ਦੌਰਾਨ ਲੁਧਿਆਣਾ ਦਿੱਲੀ ਰੋਡ 'ਤੇ ਟਰਾਂਸਪੋਰਟ ਨੇੜੇ ਉਹ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ, ਜਦੋਂ ਦੋ ਲੁਟੇਰੇ ਆਏ ਅਤੇ ਉਸਦਾ ਫੋਨ ਸਣੇ ਕ੍ਰੈਡਿਟ ਕਾਰਡ ਖੋ ਕੇ ਫਰਾਰ ਹੋ ਗਏ। ਦੱਸ ਦੇ ਕਿ ਇਸ ਤੋਂ ਬਾਅਦ ਗੋਰੇ ਦੇ ਵੱਲੋਂ ਪੁਲਿਸ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਉਸਦਾ ਸਾਰਾ ਸਮਾਨ ਵਾਪਸ ਦਬਾਇਆ ਜਾਵੇ। ਦੱਸ ਦੇ ਕਿ ਇਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਅਤੇ ਗੋਰੀ ਨੌਜਵਾਨ ਦਾ ਸਮਾਨ ਵੀ ਉਸਨੂੰ ਵਾਪਸ ਦਿੱਤਾ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ।